ਮੇਮਨ ਸਾਹਿਬ ਕਹਿੰਦੇ ਨੇ ਮੈਂ ਨਵਾਂ ਨਵਾਂ ਜਦੋਂ ਬਾਹਰ ਚਲਾ ਗਿਆ ਨਾ ਜੀ ਯੂਕੇ ਚ ਮੈਂ ਮਹਿਫਲ ਵਾਸਤੇ ਗਿਆ ਤੇ ਮੈਂ ਵੀ ਇੱਕ ਵਾਰੀ ਕਹਿ ਬੈਠਾ ਵੀ ਮੇਰੇ ਸਾਥ ਮਿਲ ਕੇ ਪੜੋ ਉਹ ਕੋਈ ਬਾਬਾ ਖੜਾ ਹੋਵੇ ਕਹਿੰਦਾ ਜੀ ਅਸਾਂ ਹੀ ਪੜ੍ਹਨਾ ਸੀ ਤੇ ਤੈਨੂੰ ਕਿਉਂ ਬੁਲਾਇਆ ਤੁਸੀਂ ਵੀ ਸੱਚੇ ਹੋ ਕਿ ਤੁਹਾਨੂੰ ਅਸਾਂ ਬੁਲਾਇਆ ਤੁਸੀਂ ਪੜੋ ਸੁਭਾਨ ਅੱਲਾ ਤੁਸੀਂ ਆਖੋ ਨਾਰੇ ਤੁਸੀਂ ਲਾਓ ਪਰਾਉਣੇ ਤੁਸੀਂ ਹੋ ਅਸੀਂ ਤੇ ਐਵੇਂ ਹੀ ਆਏ ਹਾਂ ਬਸ ਨਹੀਂ ਇੰਜ ਨਹੀਂ ਐਵੇਂ ਨਹੀਂ ਆਏ ਤੁਹਾਨੂੰ ਬੁਲਾਇਆ ਕਿਸੇ ਨੇ ਇੰਜ ਵੀ ਨਾ ਕਰੋ ਕਿ ਅਸੀਂ ਜਲਦੀ ਤੁਹਾਡੇ ਤੇ ਚੁਣ ਛਡਾ ਲਈਏ ਲੇਕਿਨ ਕਮ ਅਜ਼ ਕਮ ਸੋਜੋ ਰੱਖਣਾ ਉਹ ਪ੍ਰਾਹੁਣਾ ਸੀ ਨਾ ਇੱਕ ਪ੍ਰਾਹੁਣਾ ਮੇਰਾ ਕਦੀ ਲਤੀਫਾ ਬਾਜ਼ੀ ਮਹਿਫਲ ਚ ਕੀਤੀ ਕੋਈ ਨੀ ਅਚਾਨਕ ਪਿੱਛੇ ਤੋਂ ਗੱਲ ਯਾਦ ਆ ਗਈ ਤੇ ਮੈਂ ਇੱਕ ਸੁਣਾਦਾ ਜਾਵਾਂ ਮਿਹਰਬਾਨੀ ਕਰਕੇ ਉਹ ਪ੍ਰਾਹੁਣਾ ਸੀ ਨਾ ਇੱਕ ਪਿੰਡ ਚਲਾ ਗਿਆ ਤੇ ਉਹ ਜਾਣ ਦਾ ਨਾਂ ਨਾ ਲਵੇ ਪਿੰਡ ਵਾਲੇ ਵੀ ਸਿਆਣੇ ਸਨ ਕਿ ਵੀ ਇਹਦੇ ਕੋਲ ਜਾਣ ਕਿਵੇਂ ਛੁਡਾਈਆਂ ਉਹਨੂੰ ਲੈ ਕੇ ਟੁਰ ਪਏ ਦਰਮਿਆਨ ਚ ਪੱਕੀ ਸੜਕ ਸੀ ਸੱਜੇ ਪਾਸੇ ਵੀ ਕਬਰਸਤਾਨ ਤੇ ਖੱਬੇ ਪਾਸੇ ਵੀ ਕਬਰਸਤਾਨ ਹੁਣ ਬੰਦੇ ਨੂੰ ਤਾਰਫ ਕਰਵਾਉਣ ਲੱਗੇ ਵੀ ਇਹ ਮਕਾਮੀਆਂ ਦਾ ਤੇ ਇਹ ਪ੍ਰਾਹੁਣਿਆਂ ਦਾ ਜਦੋਂ ਮੈਂ ਸੁਣਿਆ ਨਾ ਕਿ ਪ੍ਰਾਹੁਣਿਆਂ ਦਾ ਉਹਨੇ ਕਿਹਾ ਜਲਦੀ ਕਰੋ ਇਹ ਨਾ ਹੋਵੇ ਵੀ ਉਹ ਜਲਦੀ ਵਾਲਾ ਕੰਮ ਹੋਵੇ ਮੈਨੂੰ ਵੀ ਪਤਾ ਲੱਗੇ ਵੀ ਮੈਂ ਜ਼ਿੰਦਾ ਲੋਕਾਂ ਚ ਬੈਠਾ ਕੋਈ ਸ਼ਹਿਰ ਖਮੋਸ਼ਾਂ ਚ ਨਹੀਂ ਬੈਠਾ ਕੋਈ ਅਸੀਂ ਕੁਲਾਂ ਦੀ ਖਤਮ ਤੇ ਮਹਿਫਲ ਚ ਨਹੀਂ ਬੈਠੇ ਹਜ਼ੂਰ ਦੇ ਜਸ਼ਨ ਚ ਬੈਠੇ ਆ ਕਮ ਅਜ਼ ਕਮ ਸੁਭਾਨ ਅੱਲਾ ਤੇ ਕੋਈ ਪਾਬੰਦੀ ਕੋਈ ਨਹੀਂ ਆਖੋ ਮਤਲਬ ਸੁਭਾਨ ਅੱਲਾ ਵੇ ਕਿੰਨਾ ਸੋਹਣਾ ਬੈਠਾ